ਫਾਜ਼ਿਲਕਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਵਿੱਚ ਬਣ ਰਹੀ ਬਾਬਾ ਦੀਪ ਸਿੰਘ ਸਰਾਂ ਦੇ ਵਿੱਚੋਂ 50,000 ਰੁਪਏ ਦੀਆਂ ਬਿਜਲੀ ਦੀਆਂ ਤਾਰਾਂ ਪੁੱਟ ਕੇ ਲੈ ਗਏ ਚੋਰ। ਕੀਤੀ ਜਾ ਰਹੀ ਹੈ ਕਾਰਵਾਈ ਦੀ ਮੰਗ। ਫਾਜ਼ਿਲਕਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਵਿੱਚ ਬਣ ਰਹੀ ਬਾਬਾ ਦੀਪ ਸਿੰਘ ਸਰਾਂ ਦੇ ਵਿੱਚੋਂ ਬੀਤੀ ਰਾਤ ਚੋਰਾਂ ਵੱਲੋਂ 50,000 ਰੁਪਏ ਦੀ ਬਿਜਲੀ ਦੀ ਫਿਟਿੰਗ ਦੀ ਤਾਰ ਪੁੱਟ ਲਈ ਗਈ, ਜਿਸ ਤੇ ਚਲਦਿਆਂ ਗੁਰਦੁਆਰਾ ਦੇ ਪ੍ਰਬੰਧਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਅਤੇ ਚੋਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਇੱਥੋਂ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਨਵੀਂ ਬਣ ਰਹੀ ਸਰਾਂ ਦੇ ਵਿੱਚ ਬਿਜਲੀ ਦੀ ਫਿਟਿੰਗ ਦੇ ਲਈ ਤਾਰਾਂ ਪਾਈਆਂ ਗਈਆਂ ਸੀ, ਜੋ ਕਿ ਅਗਿਆਤ ਚੋਰਾਂ ਵੱਲੋਂ ਪੁੱਟ ਲਈਆਂ ਗਈਆਂ ਅਤੇ ਇਸ ਦੇ ਨਾਲ ਕਾਫੀ ਨੁਕਸਾਨ ਹੋਇਆ। ਉਹਨਾਂ ਨੇ ਦੱਸਿਆ ਕਿ 40,000 ਰੁਪਏ ਦੀ ਤਾਰ ਅਤੇ 10,000 ਰੁਪਏ ਦੀ ਲੇਬਰ ਦਾ ਨੁਕਸਾਨ ਹੋ ਗਿਆ, ਜਿਸ ਦੇ ਚਲਦਿਆਂ ਉਹਨਾਂ ਵੱਲੋਂ ਹੁਣ ਚੋਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਹਾਂਜੀ, ਕੀ ਨਾਮ ਹੈ ਤੁਹਾਡਾ ਜੀ? ਨਾਮ ਬਲਬੀਰ ਸਿੰਘ ਜੀ। ਹਾਂਜੀ, ਇਹ ਕਿਹੜੀ ਜਗ੍ਹਾ ਹੈ ਜੀ? ਇਹ ਬਾਬਾ ਦੀਪ ਸਿੰਘ ਨਿਵਾਸ ਸਥਾਨ ਗੁਰਦੁਆਰਾ ਸ੍ਰੀ ਸਿੰਘ ਸਾਹਿਬ ਵੱਲੋਂ ਬਣਾਇਆ ਜਾ ਰਿਹਾ ਸੰਗਤਾਂ ਦੇ ਭਲੇ ਵਾਸਤੇ, ਸੰਗਤਾਂ ਨੂੰ ਸਹੂਲਤ ਦੇਣ ਵਾਸਤੇ ਜੀ। ਅਤੇ ਕੀ ਵਾਕਿਆ ਹੋਇਆ ਇੱਥੇ ਰਾਤ? ਇੱਥੇ ਦੋ ਦਿਨ ਪਹਿਲੇ ਨਾ ਤਾਰਾਂ ਸਾਰੀਆਂ ਨਵੀਆਂ ਪਾਈਆਂ, ਸਾਰੀਆਂ ਜਿੰਨੀ ਫਿਟਿੰਗ ਬਿਜਲੀ ਫਿਟਿੰਗ ਕਰਾਈ ਸੀ, ਅਤੇ ਰਾਤੀ ਕੋਈ ਰੱਬ ਜਾਣੇ ਕੌਣ ਆਇਆ, ਉਹ ਆ ਕੇ ਸਾਰੀ ਤਾਰਾਂ ਕੱਢ ਕੇ ਲੈ ਗਿਆ। ਟੋਲੀ ਤਾਰਾਂ ਉੱਪਰ ਪੋਰਸ਼ਨ ਬਣਿਆ, ਚਾਰ ਕਮਰੇ ਉੱਪਰ ਹੈ, ਚਾਰ ਨੀਚੇ ਹੈ, ਸਾਰੇ ਤਾਰਾਂ ਕੱਢ ਕੇ ਲੈ ਗਿਆ ਜੀ। ਕੀ ਮੰਨਣਾ ਤੁਹਾਡਾ, ਕਿੰਨਾ ਨੁਕਸਾਨ ਹੋਇਆ? ਨੁਕਸਾਨ ਸਾਡੇ 40,000-50,000 ਦਾ ਨੁਕਸਾਨ ਹੋ ਗਿਆ। 40,000 ਤਾਰ ਲੈ ਕੇ 10,000 ਦੀ ਲੇਬਰ ਗਈ, ਹੁਣ ਦੁਬਾਰਾ ਫਿਰ ਤਾਰਾਂ ਲਿਆ ਕੇ ਪਾਉਣੀਆਂ ਪੈਣਗੀਆਂ, 10,000 ਫਿਰ ਲੇਬਰ ਲੱਗ ਗਈ, ਫਿਰ ਟੋਟਲ 1,00,000 ਰੁਪਇਆ ਸਮਝੋ ਪੈ ਗਿਆ ਜੀ। ਗੁਰਦੁਆਰੇ ਦੀ ਸੰਗਤਾਂ ਦਾ ਪੈਸਾ ਬੇਕਾਰ ਜਾਏਗਾ। ਇਸ ਤਰ੍ਹਾਂ ਹੀ ਚਾਹੁੰਦੇ ਵੀ ਇਸ ਤਰ੍ਹਾਂ ਹੋਏ, ਪਰ ਆਦਮੀ ਕਿਸੇ ਦਿਮਾਗ 'ਚ ਕੀ ਦਿਮਾਗ ਬੈਠੀ ਹੈ, ਉਹਨੇ ਗੁਰੂ ਘਰ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ। ਜਿਵੇਂ ਸੰਗਤਾਂ ਦੇ ਵਾਸਤੇ ਇਹ ਬਣਾਈ ਜਾ ਰਹੀ ਜਗ੍ਹਾ ਸੇਵਾ ਵਾਸਤੇ, ਤਾਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇੱਕ ਗੁਰਦੁਆਰੇ ਦੀ ਜਗ੍ਹਾ ਦੇ ਵਿੱਚ ਇਸ ਤਰ੍ਹਾਂ ਦਾ ਵਾਕਿਆ ਹੋਣਾ? ਇਹ ਹੁਣ ਜਿਹੜਾ ਲੈ ਕੇ ਗਿਆ ਉਹ ਗੁਰਦੁਆਰੇ ਬਾਰੇ ਉਹਨੂੰ ਨਹੀਂ ਉਹਨੂੰ ਮੰਨਦਾ ਹੋਣਾ ਇਸ ਚੀਜ਼ ਨੂੰ। ਇਹ ਤਾਂ ਮਾਣੇ ਬਹੁਤ ਚਾਹੀਦਾ, ਡਰ ਚਾਹੀਦਾ ਗੁਰੂ ਪ੍ਰਤੀ। ਜਿਹਦੇ ਘਰ 'ਚ ਮਾਣੇ ਡਰ ਹੀ ਨਹੀਂ ਹੈਗਾ ਗੁਰੂ ਪ੍ਰਤੀ, ਉਹ ਫਿਰ ਜੋ ਮਰਜ਼ੀ ਕਰ ਸਕਦਾ। ਕੋਈ ਇਹਦੀ ਸ਼ਿਕਾਇਤ ਵਗੈਰਾ ਵੀ ਕੀਤੀ ਗਈ? ਹਾਂ, ਫਿਰ ਪੁਲਿਸ ਆਈ ਸੀ, ਪ੍ਰਧਾਨ ਜੀ ਨੇ ਫੋਨ ਕੀਤਾ ਸੀ ਸਿਟੀ, ਅਤੇ DSS ਸਾਹਿਬ ਨੂੰ ਵੀ ਕਿਹਾ ਸੀ, ਇੱਕ ਵਾਰ ਪੁਲਿਸ ਆ ਕੇ ਫੇਰਾ ਮਾਰ ਕੇ ਚਲੀ ਗਈ ਹੈ ਦੇਖ ਕੇ। ਹੁਣ ਕੀ ਮੰਗ ਕਰਦੇ ਹੋ? ਮੰਗਦੇ ਹਾਂ ਕਿ ਜਿਹੜੇ ਮਿਲ ਜਾਵੇ, ਤਾਂ ਕਿ ਸਾਨੂੰ ਇਹ ਤਾਂ ਪਤਾ ਵੀ ਕਿਹੜਾ ਬੰਦਾ ਸ਼ਰਾਰਤ ਕਰ ਰਿਹਾ, ਅਸੀਂ ਤੁਹਾਨੂੰ ਦੁਬਾਰਾ ਫਿਰ ਤਾਰ ਪਵਾਵਾਂ, ਕੱਲ੍ਹ ਨੂੰ ਫਿਰ ਕੋਈ ਨੁਕਸਾਨ ਨਾ ਪਹੁੰਚਾਵੇ ਗੁਰਦੁਆਰਾ ਸਾਹਿਬ ਦਾ।